ਰਿਹਾ ਤੁਸੀਂ ਟਾਈਟਲ ਪੜ੍ਹ ਲਿਓ ਨਾ ਪੁਆਇੰਟ ਦਿਨਾਂ ਵਿੱਚ 10,000 ਫਾਲੋਅਰ ਬਿਲਕੁਲ ਫ੍ਰੀ ਬਿਨਾਂ ਮਿਹਨਤ ਤੋਂ ਯਾਰ ਮੈਂ ਤੁਹਾਨੂੰ ਲੈ ਕੇ ਦੇਵਾਂਗਾ ਠੀਕ ਹੈ ਕੋਈ ਝੂਠ ਨਹੀਂ ਕੋਈ ਫੇਕ ਨਹੀਂ ਤੁਹਾਡੇ ਅੱਖਾਂ ਦੇ ਸਾਹਮਣੇ ਤੁਹਾਨੂੰ 10,000 ਫਾਲੋਅਰ ਦੱਸਦਾ ਬਿਲਕੁਲ ਆਸਾਨ ਟ੍ਰਿਕ ਹੈ ਬਾਈ ਟ੍ਰਿਕ ਹੁੰਦੀ ਜਿਸਦੇ ਵਿੱਚ ਤੁਹਾਡੇ ਫਾਲੋਅਰ ਵਗੈਰਾ ਲਾਈਕ ਵਗੈਰਾ ਵੱਧਦੇ ਨੇ ਜਿਹੜੇ ਵੱਡੇ ਟਿਕਟੋਕਰ ਕਿਸੇ ਟ੍ਰਿਕ ਨਹੀਂ ਦੱਸਦੇ ਜੀ ਦੱਸਣ ਤਾਂ ਝੂਠ ਮੂਠ 10 ਕਦ ਟਾਲ ਸਕਦੇ ਮਗਰ ਉਹ ਨਹੀਂ ਤੁਹਾਡਾ ਭਾਈ ਇਸ਼ਤਿਹਾਰੀ ਜਿਹੜਾ ਨਾ ਸਿਰਫ ਜੈਨੂਅਨ ਟ੍ਰਿਕ ਦੱਸਦਾ ਯੂਟਿਊਬ ਉੱਤੇ ਠੀਕ ਹੈ ਤੁਸੀਂ ਵੀਡੀਓ ਵੇਖਦੇ ਰਿਹਾ ਕਰੋ ਮਗਰ ਵੀਡੀਓ ਸਕਿਪ ਨਾ ਕੀਤਾ ਕਰੋ ਤਾਂ ਕਿ ਮੇਰਾ ਵੋਚ ਟਾਈਮ ਵਧੇ ਅਤੇ ਮੇਰਾ ਯੂਟਿਊਬ ਚੈਨਲ ਉੱਤੇ ਜਾਵੇ ਯਾਰ ਕੋਈ ਮੇਰੇ ਬਾਰੇ ਵੀ ਸੋਚਿਆ ਕਰੋ ਮੈਂ ਤੁਹਾਡੇ ਕਿੰਨਾ ਸੋਚਦਾ ਯਾਰ ਇਤਨਾ ਟਾਈਮ ਕੱਢ ਕੇ ਗਰਮੀ 'ਚ ਵੀਡੀਓ ਬਣਾਉਂਦਾ ਚਲੋ ਜੇ ਟਾਈਮ ਜ਼ਾਇਆ ਕੀਤੇ ਬਗੈਰ ਅਸੀਂ ਉਹ ਚੁਟਕੀ ਵੱਜੀ ਕੇ ਨਾ ਮੇਰਾ ਟਾਈਮ ਜ਼ਾਇਆ ਕੀਤੇ ਬਗੈਰ ਅਸੀਂ ਨਾ ਟਾਪਿੰਗ ਦੀ ਤਰਫ ਚੱਲੀਏ ਗੱਲ ਜਿਹੜੀ ਹੈ ਨਾ ਮੁੱਦੇ ਦੀ 5 ਦਿਨਾਂ ਵਿੱਚ 10,000 ਫਾਲੋਅਰ ਕਿਸ ਤਰ੍ਹਾਂ ਤੁਹਾਨੂੰ ਲੱਭਣਗੇ ਯਾਰ ਕਰਨਾ ਤੁਸੀਂ ਕੀ ਹੈ ਕਿ ਤੁਸੀਂ ਖੋਲ੍ਹਣਾ ਫੇਸਬੁੱਕ ਫੇਸਬੁੱਕ ਖੋਲ੍ਹ ਕੇ ਅੱਛਾ ਤੁਸੀਂ ਸੋਚਣ ਲੱਗੇ ਤਾਂ ਫੇਸਬੁੱਕ ਦਾ ਕੀ ਤਲਕ ਹੈ ਬਾਈ ਤੁਸੀਂ ਸੁਣੋ ਠੀਕ ਹੈ ਮੇਰੀ ਗੱਲ ਇਸ ਗੱਲ ਸੁਣੋ ਅਤੇ ਦੂਜੇ ਕਿਨੇ ਕੱਢੋ ਨਹੀਂ ਦਿਮਾਗ ਵਿੱਚ ਰੱਖੋ ਦਿਮਾਗ ਵਿੱਚ ਹੈ ਖੋਪਣੀ ਨਹੀਂ ਜਿਹੜੀ ਇਹ ਖੋਲ੍ਹ ਕੇ ਮੇਰੀ ਗੱਲ ਸੁਣਨੀ ਹੈ ਧਿਆਨ ਨਾਲ ਜਿਹੜੀ ਮੈਂ ਟ੍ਰਿਕ ਦੱਸੂੰਗਾ ਫੇਸਬੁੱਕ ਖੋਲ੍ਹਣੀ ਹੈ ਖੋਲ੍ਹ ਗਈ ਜੀ ਫੇਸਬੁੱਕ ਇਹ ਖੋਲ੍ਹ ਗਈ ਹੈ ਖੋਲ੍ਹ ਕੇ ਉੱਤੇ ਸਰਚ ਹੁੰਦਾ ਜਿੱਥੇ ਨਾਮ ਸਰਚ ਕਰਦੇ ਆ ਕਿਸੇ ਦਾ ਵੀ ਨਾਮ ਹੋਵੇ ਜਿਵੇਂ ਐਕਸਪੈਰੀਮੈਂਟਲ ਸਰਚ ਕਰਨੇ ਹੋ ਜਾਂ ਕੋਈ ਆਪਣਾ ਐਮਐਲ ਸਰਚ ਕਰਨੇ ਹੋ ਹੋਰ ਕੋਈ ਨੇਮ ਜਿਹੜਾ ਹੁੰਦਾ ਤੁਸੀਂ ਸਰਚ ਕਰਨਾ ਟਿਕਟੋਕ ਗਰੁੱਪਸ ਸਰਚ ਹੋ ਗਿਆ ਉਸ ਬਾਅਦ ਟਿਕਟੋਕ ਗਰੁੱਪ ਸਰਚ ਕਰਨ ਤੋਂ ਬਾਅਦ ਉੱਥੇ ਆ ਜਾਣ ਦੇ ਗਰੁੱਪ ਤੁਸੀਂ ਇਹਨਾਂ ਗਰੁੱਪ ਹੈ ਇੱਕ ਓਪਨ ਕਰ ਲੈਂਦੇ ਹੋ ਇਹ ਓਪਨ ਕਰ ਇਹਦਾ 75,000 ਫੈਨ ਹੈ 75,000 ਫੈਨ ਵਿੱਚੋਂ ਯਾਰ ਤੁਸੀਂ ਇਸ ਤਰ੍ਹਾਂ ਕਰਨਾ ਕਿ ਆਪਣੀ ਜਾਣਾ ਵੀਡੀਓ ਦਾ ਲਿੰਕ ਲੈਣਾ ਹੈ ਵੀਡੀਓ ਦਾ ਲਿੰਕ ਲੈ ਲਓ ਜਾਂ ਆਪਣੀ ਆਈ ਡੀ ਦਾ ਲਿੰਕ ਲੈ ਲਓ ਮੇਰੇ ਮੈਨੂੰ ਆਪਣੀ ਆਈ ਡੀ ਦਾ ਲਿੰਕ ਲਿਓ ਲਿੰਕ ਲੈ ਕੇ ਉਸ ਗਰੁੱਪ ਵਿੱਚ ਪੋਸਟ ਕਰ ਦਿਓ ਪੋਸਟ ਕਰਨ ਤੋਂ ਬਾਅਦ ਤੁਸੀਂ ਦੇਖੋ ਤੁਹਾਡੇ ਕੋਲ ਕਿਵੇਂ ਫਾਲੋਅਰ ਆਉਂਦੇ ਯਾਰ 75,000 ਬੰਦਾ ਬੈਠੇ ਹੈ 75,000 ਵਿੱਚੋਂ ਤੁਹਾਨੂੰ ਇੱਕ ਬੰਦਾ ਵੀ ਫਾਲੋ ਨਹੀਂ ਕਰਨ ਲੱਗਾ ਸੋਚੋ ਨਾ ਯਾਰ 75,000 ਬੰਦਾ ਹੈ ਯਾਰ 75,000 ਬੰਦਾ ਚਲੋ ਵਿੱਚੋਂ 5,000 ਤੇ ਆਨਲਾਈਨ ਬੈਠੇ ਹੋਣ ਤੁਸੀਂ ਕਿਹਦਾ ਲਿੰਕ ਸ਼ੇਅਰ ਕਰਨਾ ਵਿੱਚ ਹੋ ਸਕਦਾ ਯਾਰ 5,000 ਬੰਦਾ 52 ਫਾਲੋ ਕਰ ਦੇਵੇ ਇਸ ਤਰ੍ਹਾਂ ਤੁਸੀਂ ਡੇਲੀ ਪੋਸਟ ਕਰਦੇ ਰਹੇ 3-4 ਗਰੁੱਪ ਪੇਅਰ ਬਾਹਰ ਠੀਕ ਹੈ ਦੇਖੋ 3-4 ਇਹਨਾਂ ਵਿੱਚੋਂ ਯਾਰ ਤੋਂ 3 ਤੁਸੀਂ ਗਰੁੱਪ ਜਿਹੜੇ ਜੁਆਇਨ ਕਰੋ ਕਰਕੇ ਉਹਨਾਂ ਵਿੱਚ ਡੇਲੀ 2-3 ਆਪਣੇ ਲਿੰਕ ਸ਼ੇਅਰ ਕਰਦੇ ਰਹੋ ਆ 5-7 ਦਿਨ ਲਗਾਤਾਰ ਕਰਦੇ ਰਹੋ ਯਾਰ 10,000 ਆਟੋਮੈਟਿਕ ਹੋ ਜਾਣੇ ਨੇ ਦੇਖ ਕਿੰਨੀ ਜੈਨੂਇਨ ਟ੍ਰਿਕ ਤੁਹਾਨੂੰ ਦੱਸੀ ਹੈ ਹਜੇ ਵੀ ਤੁਸੀਂ ਅਮਲ ਨਾ ਕਰੋ ਅਤੇ ਮੇਰਾ ਯੂਟਿਊਬ ਵੀ ਚੈਨਲ ਨਾ ਸਬਸਕ੍ਰਾਈਬ ਕਰੋ ਅਤੇ ਮੇਰਾ ਯਾਰ ਵੀਡੀਓ ਬਣਾਉਣ ਦਾ ਕੋਈ ਫਾਇਦਾ ਹੈ ਦੱਸੋ ਬਾਕੀ ਕਮੈਂਟ ਵਿੱਚ ਮੈਂ ਦੱਸਿਓ ਮੈਂ ਇਸ ਤੋਂ ਇਲਾਵਾ ਹੋਰ ਕਿਹੜੀ ਵੀਡੀਓ ਲੈ ਕੇ ਆਵਾਂ ਠੀਕ ਹੈ ਜੈਨੂਇਨ ਟ੍ਰਿਕ ਦੱਸਣਾ ਇਹ ਕੋਈ ਟ੍ਰਿਕ ਅਜ਼ਮਾ ਕੇ ਨਾ ਮੈਂ ਇੰਸਟਾਗ੍ਰਾਮ 'ਤੇ ਮੈਂ ਦੱਸਣਾ ਠੀਕ ਹੈ ਮੇਰੇ ਨਾ ਇਸ਼ਾਰੀ ਮੈਂ ਟਿਕਟੋਕ ਟਿਕਟੋਕ ਜਿਹੜੀ ਆਈ ਡੀ ਹੈ ਨਾ ਉਹਦੇ ਨਾਲ ਅਟੈਚ ਹੋਈ ਹੈ ਠੀਕ ਹੈ ਇੰਸਟਾਗ੍ਰਾਮ ਉਹਦੇ 'ਤੇ ਤੁਸੀਂ ਮੈਨੂੰ SMS ਕਰੋ ਅਤੇ ਮੈਂ ਤੁਹਾਨੂੰ ਰਿਪਲਾਈ ਕਰਾਂਗਾ ਮੈਂ ਦੱਸਿਓ ਫਿਰ ਨਵੀਂ ਕਿਹੜੀ ਵੀਡੀਓ ਬਣਾਉਣੀ ਹੈ ਇਹ ਤੁਹਾਨੂੰ ਸ਼ੁਕਰ ਲਾਉਣ ਲੱਗਾ ਚੰਗਾ ਜੀ ਮਿਲਦੇ ਹਾਂ ਅਗਲੀ ਵਾਰੀ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਮੇਰੀ ਕੋਈ ਸਪੋਰਟ ਹੋ ਜਾਵੇ ਅਤੇ ਹੋਰ ਵੀ ਮੈਂ ਯਾਰ ਮਜ਼ੀਦ ਬਣਾਉਂਦਾ ਰਹੋ ਕਹਿੰਦਾ ਯਾਰ ਵਿਊ ਨਹੀਂ ਨਾ ਆਉਂਦੇ ਇਸ 'ਚ ਕਸਮ ਦਿਲ ਨਹੀਂ ਕਰਦਾ ਬਣਾਉਣ ਦੇ ਚੰਗਾ ਜੀ ਮਿਲਦੇ ਹਾਂ ਫਿਰ ਅਗਲੀ ਵਾਰੀ ਮੇਰੇ ਯੂਟਿਊਬ ਚੈਨਲ ਨੂੰ ਬਾਈ ਜ਼ਰੂਰ ਸਬਸਕ੍ਰਾਈਬ ਕਰੀ ਠੀਕ ਹੈ ਬੜਾ ਯਾਰ ਤੂੰ ਬਦਤਮੀਜ਼ ਹੈ ਕਰਦੇ ਹਾਂ ਸਬਸਕ੍ਰਾਈਬ ਪਾਣਾ ਵੀਰੇ ਤੇਰਾ ਮੈਂ ਕਿੰਨਾ ਫਾਇਦਾ ਕੀਤਾ ਤੂੰ ਪਰ ਮੇਰੀ ਗੱਲ ਵੀ ਨਾ ਮੰਨ ਰਿਹਾ ਯਾਰ ਦੁੱਖ ਲੱਗਦਾ ਕਸਮ ਬੜੀ ਮਿਹਨਤ ਲਾਉਣ ਲੱਗਿਆ ਓਏ ਕਰ ਦੇਵੀ ਠੀਕ ਹੈ ਮਿਲਦੇ ਫਿਰ ਅਗਲੀ ਵਾਰੀ